ਜਿਹੜੀ ਟੋਲ ਫਰੀ ਦੀ ਕਾਲ ਆਏ ਸਾਡੀ, ਜਿਹੜੇ ਟੋਲ ਦੇ ਰੇਟ ਵਧੇ ਆ ਜ਼ਿਆਦਾ ਉਹਦੇ ਕਰਕੇ ਹੀ ਟੋਲ ਫਰੀ ਕਰ ਰਹੇ ਹਾਂ ਅੱਜ, ਜੇ ਟੋਲ ਦੇ ਜ਼ਿਆਦਾ ਰੇਟ ਵਧਣ ਆ, ਤਿੰਨ ਇਸ ਸਾਲ 'ਚ 3 ਵਾਰੀ ਰੇਟ ਵੱਧ ਗਿਆ ਟੋਲ ਦਾ, ਇਸ ਕਰਕੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅਸੀਂ ਕਾਲ ਇਹਦਾ ਫਰੀ ਕਰਨ ਦਾ ਜਿਹੜਾ ਹੈਗਾ ਇਹਨੂੰ ਫਰੀ ਅਣਮਿੱਥੇ ਸਮੇਂ ਲਈ ਕਰਾਂਗੇ, ਜਦ ਤਾਈਂ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ, ਰੇਟ ਨਹੀਂ ਘੱਟ ਜਾਂਦਾ। ਬੇਸਿਕ ਕਾਰਨ ਕੀ ਹੈ? ਬੇਸਿਕ ਕਾਰਨ ਹੈ, ਜਿੱਦਣ ਟੋਲ ਸ਼ੁਰੂ ਹੋਇਆ ਸੀ 150 ਰੁਪਈਏ ਦੀ ਪਰਚੀ ਕੱਟਦੇ ਸੀ 24 ਘੰਟੇ ਦੀ, 24 ਘੰਟੇ ਜਿੰਨੇ ਗੇੜੇ ਮਰਜ਼ੀ ਲਾ ਲਓ ਤੁਸੀਂ। ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ, ਬਲੌਰ ਜਾਣਾ ਹੋਵੇ 200 ਦਾ ਤੇਲ ਲੱਗਦਾ, 430 ਦੀ ਪਰਚੀ ਹੈ, ਕਿਹੜਾ ਬੰਦਾ ਦੇਊਗਾ? ਇਹ ਇੰਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਹਾ, ਸਾਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਸਾਰਾ ਜ਼ੋਰ ਇਸੇ ਟੋਲ 'ਤੇ ਕਿਉਂ ਲਾਈ ਜਾਂਦੀ ਹੈ। ਇਸ ਸਾਲ ਦੇ ਵਿੱਚ 3 ਵਾਰੀ ਵੱਧ ਗਿਆ। ਕਿੰਨੇ ਜਥੇਬੰਦੀ ਜਿਹੜੀਆਂ ਦੋ ਕਿਸਾਨ ਜਥੇਬੰਦੀਆਂ ਨੇ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ PKU ਦੁਆਬਾ ਰਾਏ ਸਾਹਿਬ ਵਾਲੀ ਜਿਹੜੀ ਜਥੇਬੰਦੀ ਹੈ, ਦੋ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਸਾਡੇ ਨਾਲ, ਟੈਕਸੀ ਯੂਨੀਅਨ ਨੇ ਜਿਹੜੀਆਂ ਜਿੰਨੀਆਂ ਵੀ ਇੱਧਰੋਂ ਪਿੱਛੋਂ ਪਵਾੜੀ ਤੋਂ ਲੈ ਕੇ ਲੁਧਿਆਣਾ ਟੈਕਸੀ 'ਚ ਆਪਰੇਟਰ ਨੇ ਸਾਰੇ ਸਾਡੇ ਨਾਲ, ਅਤੇ ਟਰੱਕ ਯੂਨੀਅਨ ਆ ਅਤੇ ਟਿੱਪਰ ਯੂਨੀਅਨ ਆ, ਅਤੇ ਹੋਰ ਕਈ ਜਥੇਬੰਦੀਆਂ ਨੇ ਸੋਸ਼ਲ ਜਥੇਬੰਦੀਆਂ ਜਿਹੜੀਆਂ ਨਾਲ ਸਮਰਥਨ ਕਰ ਰਹੇ। ਅਸੀਂ 11:30 ਫਰੀ ਕਰਾਂਗੇ ਅਣਮਿੱਥੇ ਸਮੇਂ ਲਈ ਆ, ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿੰਦਾ ਵੀ ਇਸ ਮੁੱਦੇ 'ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੀਦਾ, ਕਾਰ ਚਾਹੇ ਮਰੂਤੀ ਲੰਘੇ ਚਾਹੇ ਜੈਗਵਰ ਲੰਘੇ, ਜੇਬ ਸਭ ਦੀ ਘਟਦੀ ਆ, ਅਤੇ ਇਸ ਕਰਕੇ ਨਾ ਤਾਂ ਇੱਥੇ ਕੋਈ ਸਹੂਲਤ ਹੈਗੀ ਆ, ਨਾ ਕੋਈ ਟੋਇਲਟ ਬਾਥਰੂਮ ਆ, ਲੈਟਾਂ ਇਹਨਾਂ ਦੀਆਂ ਬੰਦ ਪਈਆਂ, ਟੋਏ ਇਹਨਾਂ ਦੇ ਪਏ ਆ ਖੱਡੇ ਸਾਰੇ, ਡਰੋਨ ਸਿਸਟਮ ਇਹਨਾਂ ਦਾ ਨਹੀਂ ਚੱਲਦਾ, ਗੁੰਡਾਗਰਦੀ ਇੱਥੇ ਹੁੰਦੀ ਆ, ਇਹ ਕਾਹਦੇ ਪੈਸੇ ਲੈਂਦੇ ਸਾਡੇ ਤੋਂ? ਇਸ ਕਰਕੇ ਅਸੀਂ ਸਾਰੀ ਪਬਲਿਕ ਨੂੰ ਕਹਿੰਦੇ ਵੀ ਇੱਥੇ ਆਓ, ਸਾਥ ਦਿਓ, ਮੌਕਾ ਵਾ, ਰੇਟ ਘੱਟ ਜਾਣਗੇ ਜੇ ਸਾਰੇ ਆ ਜਾਣਗੇ। ਟੋਲ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਇਆ ਜਾਊਗਾ? ਫ੍ਰੀ ਕਰਾਇਆ ਜਾਊਗਾ ਜੀ ਟੋਲ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ? ਨਾ, ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ, ਪਰੇਸ਼ਾਨੀ ਥੋੜ੍ਹਾ ਦੇਣੀ ਆ, ਲੋਕ ਤਾਂ ਫ੍ਰੀ ਲੰਘਣਗੇ ਅੱਜ, ਅੱਜ ਤੋਂ ਫ੍ਰੀ ਆ ਟੋਲ ਅਣਮਿੱਥੇ ਸਮੇਂ। ਅਣਮਿੱਥੇ ਸਮੇਂ।